ਸਰਕਾਰ ਮੁਰਦਾਬਾਦ, ਐਮਐਲਏ ਵੈਸ ਮੁਰਦਾਬਾਦ। ਆਪਣੇ ਅੜਬ ਸੁਭਾਅ ਤੇ ਤਿੱਖੀ ਬੋਲੀ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਸਿਮਰਜੀਤ ਸਿੰਘ ਭੈਂਸ ਇੱਕ ਵਾਰ ਫਿਰ ਤੋਂ ਬਟਾਲਾ ਦੇ ਡੀਸੀ ਨਾਲ ਬਦਤਮੀਜ਼ੀ ਕਰਨ ਦੇ ਕਾਰਨ ਸੁਰਖੀਆਂ ਵਿੱਚ ਆ ਗਏ ਨੇ, ਜਿਸ ਤੋਂ ਬਾਅਦ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਸਿਮਰਜੀਤ ਸਿੰਘ ਭੈਂਸ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸਿਮਰਜੀਤ ਸਿੰਘ ਭੈਂਸ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਜੇਕਰ ਇਨਸਾਫ਼ ਨਹੀਂ ਮਿਲਿਆ ਤਾਂ ਇਹ ਹੜਤਾਲ ਇੱਦਾਂ ਹੀ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਗਈ। ਅੱਜ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ, ਸਿਮਰਜੀਤ ਸਿੰਘ ਭੈਂਸ ਜਿਹੜੇ ਐਮ ਐਲ ਏ ਲੁਧਿਆਣਾ ਨੇ, ਉਹ ਇੰਨੀ ਗੁੰਡਾਗਰਦੀ 'ਚ ਉਤਰਿਆ ਹੈ ਕਿ ਬਟਾਲਾ ਬੰਬ ਬਲਾਸਟ ਦੇ ਵਿੱਚ ਜ਼ਖਮੀ ਹੋਏ, ਸਾਡੇ ਜਿਹੜੇ 23 ਬੰਦੇ ਮਰ ਗਏ। ਜ਼ਖਮੀਆਂ ਦਾ ਹਾਲ ਚਾਲ ਪੁੱਛਣ ਵਾਸਤੇ ਡੀਸੀ ਸਾਹਮਣੇ ਜਿਹੜਾ ਦਫ਼ਤਰ ਆਪਣਾ ਤਬਦੀਲ ਕਰਕੇ ਬਟਾਲਾ ਹਸਪਤਾਲ ਚੇਂਜ ਕੀਤਾ ਹੋਇਆ ਸੀਗਾ। ਸਿਮਰਜੀਤ ਸਿੰਘ ਭੈਂਸ ਆਪਣੇ ਆਪ ਨੂੰ ਲੋਕ ਭਲਾਈ ਹੀਰੋ ਦੱਸ ਕੇ ਉੱਥੇ ਡੀਸੀ ਸਾਹਿਬ ਦੇ ਕਮਰੇ 'ਚ ਦਾਖਲ ਹੋਇਆ ਜ਼ਬਰਦਸਤੀ। ਨਾਲ ਉਹਦੇ 20-25 ਹੋਰ ਜਣੇ ਸੀਗੇ, ਉਹਨਾਂ ਨੇ ਡੀਸੀ ਸਾਹਿਬ ਨੂੰ ਮੰਗਾ ਚੰਗਾ ਬੋਲਿਆ ਔਰ ਉਹਨਾਂ ਨਾਲ ਮਿਸਬਿਹੇਵ ਕੀਤਾ, ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ, ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਉਹ ਕਹਿ ਰਹੇ ਸੀ ਵੀ ਆਪਾਂ ਬਾਅਦ 'ਚ ਗੱਲ ਕਰ ਲਾਂਗੇ, ਮੀਟਿੰਗ ਕਰ ਲਾਂਗੇ, ਪਰ ਉਹ ਬੰਦਾ ਬਾਅਦ 'ਚ ਨਹੀਂ ਆਇਆ। ਉਹਨਾਂ ਨੇ ਆਪਣੀ ਗੁੰਡਾਗਰਦੀ ਦਿਖਾਈ ਔਰ ਉਸ ਤੋਂ ਬਾਅਦ ਜਿਹੜਾ ਉਹ ਬਾਅਦ 'ਚ ਵੀ ਬੋਲਣ ਲੱਗਿਆ ਹੋਇਆ ਸੀ, ਉਹਦੇ ਖਿਲਾਫ਼ ਕਾਰਵਾਈ ਕਰਨ ਵਾਸਤੇ ਅਸੀਂ ਅੱਜ ਇੱਕ ਦਿਨ ਦੀ ਹੜਤਾਲ, ਸੰਤਗਿਤ ਹੜਤਾਲ ਕੀਤੀ ਹੈ। ਅਸੀਂ ਮੰਗ ਕਰਦੇ ਹਾਂ ਵੀ ਉਹ ਗੁੰਡੇ ਅਫਸਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜਾ ਜੀਰੇ ਘਟਨਾ ਵਾਪਰੀ ਹੈ, ਨਰਿੰਦਰ ਸਿੰਘ ਧਾਲੀਵਾਲ ਜਿਹੜੇ SDM ਜੀਰਾ ਨੇ, ਉਹ ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਲਈ ਗਏ ਹੋਏ ਸੀ ਉੱਥੇ। ਉੱਥੇ ਜਿਹੜੇ ਕੁਛ ਗੁੰਡਾ ਅਫਸਰ ਸੀਗੇ, ਗੁੰਡਾ ਅਨਸਰਾਂ ਨੇ, ਉਹਨਾਂ ਦੀ ਗੱਡੀ ਹੈ ਜਿਹੜੀ ਸਰਕਾਰੀ, ਉਹਨੂੰ ਪਲਟ ਕੇ ਦਰਿਆ ਵਿੱਚ ਛੁੱਟਣ ਦੀ ਕੋਸ਼ਿਸ਼ ਕੀਤੀ ਹੈ, ਪਰ ਉੱਥੇ ਫੋਰਸ ਨਾਲ ਸੀਗੀ, ਉਹਨਾਂ ਨੇ ਬਚਾ ਲਿਆ ਉਹਨਾਂ ਨੂੰ। ਉਹਨਾਂ ਦੇ ਖਿਲਾਫ਼ ਵੀ ਅਸੀਂ ਮੰਗ ਕਰਦੇ ਹਾਂ ਵੀ ਪਰਚਾ ਹੋ ਚੁੱਕਿਆ, ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਹ ਵੀ ਕੁਝ ਸਿਆਸੀ ਲੋਕ ਨੇ, ਉਹਨਾਂ ਨੂੰ ਸਿਆਸੀ ਸਹਿ ਹੈ, ਅਸੀਂ ਮੰਗ ਕਰੀਏ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਅੱਜ ਸਾਡੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਸਾਰਾ ਪੰਜਾਬ ਬੰਦ ਹੈ, CRO ਜਿਹੜੇ ਰੈਵਨਿਊ ਅਫਸਰ ਨੇ, ਉਹਨਾਂ ਨੇ ਵੀ ਕੰਮ ਬੰਦ ਕੀਤਾ ਹੋਇਆ ਹੈਗਾ। ਅੱਜ ਸਾਡੇ PCS ਔਫਿਸਰ ਦੀ ਜਿਹੜੀ ਮੀਟਿੰਗ ਹੈ ਉਹ ਜ਼ਿਲ੍ਹੇ 'ਚ ਚੱਲ ਰਹੀ ਹੈ, ਉਹ ਵੀ ਸ਼ਾਮ ਤੱਕ ਕੋਈ ਫੈਸਲਾ ਲੈਣਗੇ। ਜੇਕਰ ਉਹਨਾਂ 'ਤੇ ਕਾਰਵਾਈ ਨਾ ਕੀਤੀ, ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ, ਤਾਂ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਪੰਜਾਬ ਦਾ ਮਾਹੌਲ ਖਰਾਬ ਹੋਏਗਾ, ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਹੋਏਗੀ। ਇਸ ਲਈ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਇਹਨਾਂ ਤੁਰੰਤ ਗੁੰਡਾ ਅਨਸਰਾਂ ਨੂੰ ਜਿਹੜਾ ਗ੍ਰਿਫਤਾਰ ਕਰੇ ਅਤੇ ਉਹਨਾਂ ਸੰਬੰਧ ਕਾਮਲਾਈ ਕਰੇ। ਐਮ ਐਲ ਏ ਜਿਹੜਾ ਹੈ ਉਹਨੂੰ ਬਰਖਾਸਤ ਕੀਤਾ ਜਾਵੇ ਤੁਰੰਤ, ਅਤੇ ਉਹਨੂੰ ਅੱਗੇ ਵੀ ਚੋਣ ਲੜਨ ਤੋਂ ਉਹਦੇ 'ਤੇ ਰੋਕ ਲਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।